ਦੇਖੋ ਸੀਐਮ ਸਾਹਿਬ ਨੇ ਪਿਛਲੇ ਦਿਨੀ ਇੱਕ ਬੜਾ ਵੱਡਾ ਐਲਾਨ ਕੀਤਾ ਕਿ ਤੁਸੀਂ ਉਸ ਨੰਬਰ ਦੀ ਯੂਟੀਲਾਈਜੇਸ਼ਨ ਕਰਕੇ ਜਿੱਥੇ ਤੁਸੀਂ ਆਪਦੇ ਆਪ ਨੂੰ ਸਮਝਦੇ ਹੋ ਕਿ ਪੁਲਿਸ ਦੀ ਮਦਦ ਦੀ ਜ਼ਰੂਰਤ ਹੈ ਉਸ 'ਤੇ ਫੋਨ ਕਰੋ ਔਰ ਅਵਸ਼ਾ ਜਿਹੜਾ ਪੁਲਿਸ ਦਾ ਕੋਈ ਕਰਮਚਾਰੀ ਹੈ ਤੁਹਾਡੀ ਮਦਦ 'ਤੇ ਆਊਗਾ। ਚੀਜ਼ ਹੁਣੇ ਲਾਂਚ ਹੋਈ ਹੈ ਔਰ ਲਾਂਚ ਹੋਣ ਦਾ ਕਾਰਨ ਉਹੀ ਹੈ ਜੋ ਤੁਸੀਂ ਗੱਲਾਂ ਦੱਸੀਆਂ। ਕਈ ਵਾਰ ਦੇਖੋ ਮਾਹੌਲ ਸੁਰੱਖਿਆ ਔਰ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੁਸਾਇਟੀ ਦਾ ਵੀ ਹੈ। ਆਪਾਂ ਹਰ ਵੇਲੇ ਹਰ ਟਾਈਮ ਪੁਲਿਸ ਦੇ ਉੱਤੇ ਗਵਰਨਮੈਂਟ ਦੇ ਉੱਤੇ ਗੱਲ ਪਾ ਦਿੰਦੇ ਹਾਂ, ਬਟ ਆਪਣਾ ਵੀ ਇੱਕ ਵਲੰਟੀਅਰ ਯੋਗਦਾਨ ਹੈ। ਛੋਟੇ ਹੁੰਦੇ ਬੰਦੇ ਨੂੰ ਆਪਾਂ ਨੂੰ ਸਿਖਾਇਆ ਜਾਂਦਾ ਵੀ ਜਿਹੜਾ ਕੂੜਾ ਕੂੜੇਦਾਨ 'ਚ ਸੁੱਟੋ ਆਪਣੇ ਸਬਜੈਕਟਸ। ਅੱਜ ਜਦੋਂ ਆਪ ਤੁਸੀਂ ਵੀ ਮੈਂ ਵੀ ਜਦੋਂ ਪੜ੍ਹਿਆ ਅਤੇ ਹੁਣ ਵੀ ਇਹ ਸਿਵਿਕ ਗੱਲਾਂ ਇਹ ਜਿਹੜੀਆਂ ਇੱਕ ਸੁਸਾਇਟੀ ਦੇ ਵਿੱਚ ਜਿਹੜੀਆਂ ਕਾਇਦੇ ਕਾਨੂੰਨ ਉਹਨਾਂ ਬਾਰੇ ਆਪਾਂ ਨੂੰ ਦੱਸਿਆ ਜਾਂਦਾ ਔਰ ਉਹ ਇੱਕ ਸੁਸਾਇਟੀ ਦੀ ਆਪਣੀ ਵੀ ਇੱਕ ਡਿਊਟੀ ਬਣਦੀ ਹੈ ਕਿ ਇਹੋ ਜਿਹੇ ਕੋਈ ਚੀਜ਼ ਕਿਤੇ ਹੈ ਕਿਸੇ ਦੀ ਕੋਈ ਲੇਡੀ ਕਿਸੇ ਪਰੇਸ਼ਾਨੀ 'ਚ ਹੈ ਉਹਦੀ ਹੈਲਪ ਕਰਨਾ ਆਪਣਾ ਫਰਜ਼ ਹੈ। ਇੱਕ ਪਹਿਲਾ ਕਰਮ 'ਚ ਜਿਹੜੀ ਇਹ ਚੀਜ਼ ਮੈਂ ਹੁਣ ਸਿੰਪਲੀ ਇਸ ਚੀਜ਼ ਨੂੰ ਜਿਸ ਚੀਜ਼ ਨੂੰ ਸੀ ਐਮ ਸਾਹਿਬ ਨੇ ਲਾਂਚ ਕੀਤਾ ਮੇਰੇ ਸਾਲ 'ਚ ਆਪਾਂ ਨੂੰ ਉਹਨੂੰ ਥੋੜ੍ਹਾ ਟਾਈਮ ਦੇਈਏ। ਤੁਸੀਂ ਦੇਖੋਗੇ ਦੇਖੋ ਉਸ ਗੱਲ ਤਾਂ ਸੁਰੱਖਿਅਤ ਪਹੁੰਚਾਉਣ ਦੀ ਹੈ। ਮਹਿਲਾ ਕਰਮਚਾਰੀ ਆ ਜਾਏ ਜਿੱਥੇ ਜ਼ਰੂਰਤ ਹੈ ਉੱਥੇ ਮਹਿਲਾ ਕਰਮਚਾਰੀ ਪਹੁੰਚ ਸਕਦੀ ਹੈ, ਪਰ ਜਿੱਥੇ ਇੱਕ ਆਮ ਕਿਸੇ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਸੁਰੱਖਿਅਤ ਨਹੀਂ, ਪੁਲਿਸ ਦਾ ਪਹੁੰਚਣਾ ਉੱਥੇ ਉਹਦੇ ਨਾਲ ਹੀ ਸੁਰੱਖਿਆ ਵਾਲਾ ਜਿਹੜਾ ਇਸ਼ੂ ਹੈ ਉਹ ਸੋਲਵ ਹੋ ਜਾਂਦਾ ਹੈ।